ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਸਰਤਾਜ ਜੀ ਨੂੰ ਮਿਲੇ ਸਰਤਾਜ ਦੀ ਸ਼ਗਨ ਹਮੇ ਅਵਾਰਡ ਮਿਲਾ ਹੈ ਮਹਿੰਦਰ ਪੁੱਛ ਰਹੇ ਨੇ ਬਿਲਡਰ ਨੂੰ ਡੀਲਾਂ ਲੱਭ ਚੁੱਕੀਆਂ ਨੇ ਅੱਜ ਬਣਾਈ ਹੈ ਗਿੰਨੂ ਪ੍ਰੀਤ ਨੇ ਕੜੀ ਹਮੇਸ਼ਾ ਸਜਾ ਕੇ ਖਾਂਦੀ ਆ गल की बिल्डर घर पै रहा है इधर तुम जाके चेक कर एक बार उस तो बाद फाइनल गल कर लांगे हना ਸਟਰਕਚਰ ਕਿਵੇਂ ਦਾ ਤਿਆਰ ਕੀਤਾ ਹੋਇਆ ਜਾਂ ਸਾਰਾ ਕੁਝ ਪਰ ਸਮਝ ਤਾਂ ਮੈਨੂੰ ਵੀ ਨਹੀਂ ਇੰਨਾ ਆ ਰਿਹਾ ਬਟ ਸਟਿਲ ਤੁਹਾਨੂੰ ਦਿਖਾ ਦਿੰਦਾ ਵੀ ਉਰੇ ਨਾ ਘਰ ਏਦਾਂ ਰੈਡੀ ਹੁੰਦੇ ਆ ਬਾਹਰਲੇ ਪਾਸੇ ਬਸ ਬ੍ਰਿਕਸ ਲੱਗਦੀਆਂ ਨੇ ਅੰਦਰ ਸਾਰੀ ਲੱਕੜੀ ਹੁੰਦੀ ਆ ਲੱਗੀ ਹੋਈ ਹੁਣ ਤਾਂ ਉਹ ਵੀ ਲਾਉਣੋ ਹਟ ਗਏ ਹੀਬਲ ਲਾਉਣ ਲੱਗ ਗਏ ਹੁਣ ਹੀਬਲ ਉਦੋਂ ਵੀ ਹਲਕੀ ਹੁੰਦੀ ਹੈ ਇੱਟ ਹਜੇ ਮਜ਼ਬੂਤ ਹੁੰਦੀ ਹੈ ਹੀਬਲ ਬਾਹਲੀ ਹਲਕੀ ਹੁੰਦੀ ਆ ਬਟ ਹੁਣ ਲਾਉਣੇ ਹੀਬਲ ਲੱਗ ਗਏ ਸਾਰੇ ਲਵਾਉਣ ਲੱਗ ਗਏ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ ਮਹਿੰਦਰ ਪੁੱਛ ਰਹੇ ਨੇ ਬਿਲਡਰ ਨੂੰ ਵੀ ਕਿਵੇਂ ਕਿਵੇਂ ਬਣਾਇਆ ਮਤਲਬ ਕਿੰਨੇ ਮੀਟਰ ਸਕੁਆਇਰ ਆ ਸਾਰਾ ਕੁਛ ਸੋ ਦੈਟ ਬੈਟਰ ਆਈਡੀਆ ਹੋ ਜਾਏ ਕਾਫੀ ਮਹੀਨਿਆਂ ਬਾਅਦ ਅਸੀਂ ਪਹੁੰਚ ਚੁੱਕੇ ਆ ਡੀਐਫ ਲਓ ਜੀ ਡੀਐਫ ਵਾਲਿਓ ਮੇਰੀ ਘਰ ਵਾਲੀ ਆ ਗਈ ਯਾਰ ਤੁਹਾਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸ਼ਾਪਿੰਗ ਕੀਤੇ ਮੈਂ ਇੰਡੀਆ ਵੀ ਨਹੀਂ ਕੀਤੀ ਕੋਈ ਇੰਨੀ ਖਾਸ ਉਸ ਵਾਰੀ ਹੁਣ ਅਸੀਂ ਆਏ ਆ ਸਨਗਲਾਸ ਹੱਟ ਤੇ ਤੇ ਸਾਨੂੰ ਨਾ ਪ੍ਰਾਡਾ ਦੀ ਬਹੁਤ ਵਧੀਆ ਡੀਲ ਚੱਲ ਰਹੀਆਂ ਨਾ ਤੇ ਸਾਨੂੰ ਪ੍ਰਾਡਾ ਦੀ 50% ਤੇ ਮਿਲ ਰਹੀ ਆ ਸੋ ਅਸੀਂ ਆ ਵਾਲੀ ਲੈ ਰਹੇ ਸੀ ਬਟ ਇਹ ਤੇ ਨਾ ਥੋੜਾ ਜਿਹਾ ਹੋਆ ਕਦੋਂ ਦੇ ਰਹੇ ਸੀਗੇ ਤੇ ਮਿਲੀਆਂ ਤੇ ਉਹ ਵੀ 50% ਤੇ ਮਿਲ ਗਿਆ ਇਹ ਆਪਾਂ ਐਨਕਲ ਲੱਭ ਵੀ ਤਾਂ ਕਦੋਂ ਦੇ ਰਹੇ ਸੀਗੇ ਤੇ ਮਿਲੀਆਂ ਤੇ ਉਹ ਵੀ 50% ਤੇ ਓ ਮਾਈ ਗੋਡ ਗੋਟ ਦ ਡੀਲ ਲੈਟਸ ਗੋ ਡੀਲ ਹੀ ਆ ਵੀ ਕਿੰਨਾ ਸੋਹਣਾ ਨਾ ਇਹਨਾਂ ਦਾ ਸਾਰਾ ਕੁਝ
ਕੀ ਫੁੱਲ ਆ ਫੁੱਲ ਲਾ ਲੈ ਕਾਦੇ ਵਾਸਤੇ ਐਵੇਂ ਘਰੇ ਰੱਖਣ ਵਾਸਤੇ ਤੁਸੀਂ ਮੈਨੂੰ ਦੇ ਦਿਓ ਆ ਵੀ ਕਿੰਨੇ ਕਿਊਟ ਆ ਪੌਟ ਆ ਪੌਟ ਸੋਹਣੇ ਆ बड़ी क्यूट जी चीज़ा सीगियां आ बाय किया है थोड़ा जहा महंगा $35 का मिले सू छोटा जहा बट ये हैंड निटेड आ डीला लभ चुकी ने ये अपन 25 का मिल जूगा हूँ ना सारे स्टोर ने डील्स काफ़ी ला रखे ने क्योंकि ना लोगों ने शॉपिंग करनी घटा दी क्योंकि इंट्रस्ट रेट हाई होने करके ना घर किश्त बहुत वध गई तो लोगों ने अपने खर्चे घटाते हाँ मीडियम ले लो फिर पति कहना भी चलो चलिए सिर्फ 24 का 36 की पई है लैगिंग तो सॉक्स $11 दी चलो जी फड़ो तो $10 सू होर ऑफ मिल गया मित्रों साइन अप करके हाँ कॉफ़ी पीनी इतनी पी ला फिर कॉफ़ी 15 मिनट असं बंद हो आपको जे कि सवेरे आ जाए ना भाई शाम तक तो $1000 सा पक्का होंगे सवेरे तो असं आईए ना सवेरे आके तो बड़ा नुकसान होंगे फिर तो निकलते नहीं कुछ ना कुछ पसंद आ जाता जी अजय प्राडा वाली एनक लिया ने जो उन्हें कहा ना 250 असं क्या चक दो 250 कह के पट के लैगी
ਨਹੀਂ ਤਾਂ ਜੱਟ ਵੀ ਨਹੀਂ ਹੱਥ ਆਉਂਦਾ ਸੀ 250 ਕਿੱਲੇ ਦਾ ਅੱਜ ਜਸਕੀਰ ਤੇ ਸ਼ੈਫ ਬਣਿਆ ਬਾਈ ਗੋਭੀ ਮਨਚੂਰੀਅਨ ਬਣਾ ਰਿਹਾ ਜ਼ਿਆਦਾ ਕੱਲਾ ਉਹ ਵੀ ਡਾਲ ਲਿਆ ਕਹਿੰਦਾ ਆਪਾਂ ਦੋਏ ਬਣਾਵਾਂਗੇ ਮੈਂ ਕੱਲੇ ਹੀ ਬਣਾਉਂ ਕੱਟ ਤੁਸੀਂ ਓ ਮਾ ਬਾਗ ਓਏ ਆ ਜਾ ਯਾਰ ਉਹਨੇ ਤਾਂ ਬਣਾਉਣਾ ਮੈਂ ਵੀ ਹੋ ਗਿਆ ਰੈਡੀ ਗਿੰਨੂ ਵੀ ਹੋ ਗਈ ਰੈਡੀ ਤੇ ਅੱਜ ਅਸੀਂ ਚੱਲੇ ਆ ਕਿੱਥੇ ਚੱਲੇ ਆ ਜਸ਼ਨ ਔਖਾ ਲੱਗ ਰਿਹਾ ਹੁਣ ਕੱਟਣਾ ਨਾਲੇ ਕੱਟ ਰਿਹਾ ਨਾਲੇ ਰੋ ਰਿਹਾ ਕਹਿੰਦਾ ਮੈਂ ਆਪਦੇ ਪੈਸਿਆਂ ਦੀ ਗਵਾ ਲੈਣਾ ਤੈਨੂੰ ਗੋਭੀ ਮਨਚੂਰੀਅਨ ਪਰ ਮੈਥੋਂ ਨਾ ਬਣਵਾ ਗੁੱਸਾ ਮਾਰ ਨਿਕਲ ਗਿਆ ਘਰੋਂ ਤੇ ਦੇਖਦੇ ਉੱਥੇ ਕਿਵੇਂ ਦਾ ਮਾਹੌਲ ਹੋਊਗਾ ਅਸੀਂ ਫਸਟ ਟਾਈਮ ਏਦਾਂ ਚੱਲਿਆ ਕਦੇ ਗਏ ਨੀ ਹੈਗੇ ਪਹਿਲਾਂ ਸੋਸ਼ਲੀ ਅਸੀਂ ਥੋੜੇ ਜਿਹੇ ਵੀਡੀਓ ਵਾੜੀ ਚ ਤਾਂ ਬੋਲ ਲੈਂਦੇ ਹਾਂ ਸੋਸ਼ਲੀ ਥੋੜੇ ਜਿਹੇ ਅਸੀਂ ਘੱਟ ਹੀ ਲੋ ਜੀ ਗਾਇਸ ਪਹੁੰਚ ਗਏ ਲੋਕੇਸ਼ਨ ਤੇ ਤੇ ਇਧਰ ਆ ਲੈਵਲ 40 ਤੇ ਟਾਰ ਕੱਟ ਰੱਖਿਆ ਮੁੰਡਿਆਂ ਨੇ ਆ ਘੈਟ ਚੱਚ ਕੇ ਆਏ ਨੇ ਰਵੀ ਨੇ ਪਾਣੀ ਚੱਕ ਲਿਆ ਕਹਿੰਦਾ ਸਾਰਿਆਂ ਨੇ ਗਲਾਸੀ ਚੱਕੀ ਹੋਈ ਆ ਮੈਂ ਪਾਣੀ ਚੱਕ ਲਾਂ ਤੇ ਪਹੁੰਚ ਕੇ ਇਵੈਂਟ ਤੇ ਨਵੀ ਆਪਣੇ ਨਾਲ ਕਲੋਲ ਹੋ ਗਈ ਯਾਰ ਸਾਡੇ ਵਿੱਚ ਹੀ ਰਹਿ ਗਿਆ ਸਾਡੀ ਕਲੋਲ ਹੋ ਗਈ ਸੋ ਮਿਸ ਅੰਡਰਸਟੈਂਡਿੰਗ ਹੋ ਗਈ ਅੱਜ ਸਤਿੰਦਰ ਸਰਤਾਜ ਜੀ ਨੇ ਨਹੀਂ ਆਉਣਾ ਅੱਜ ਤਾਂ ਜਿਹੜੇ ਸਿਰਫ ਸਪੋਂਸਰ ਸੀਗੇ ਉਹਨਾਂ ਦਾ ਮੀਟ ਇਹਨਾਂ ਨੇ ਤਾਂ ਖਾਣ ਪੀਣ ਦੀ ਜ਼ੋਰ ਦੇ ਰੱਖਿਆ ਜਦੋਂ ਲਾਲੀ ਵੀਰੇ ਦਾ ਮੈਨੂੰ ਫੋਨ ਆਇਆ ਸੀਗਾ ਕਹਿੰਦਾ ਇੱਦਾਂ ਕਰਕੇ ਸਤਿੰਦਰ ਸਰਤਾਜ ਜੀ ਦਾ ਸ਼ੋਅ ਕਰਾ ਰਿਹਾ ਅਤੇ ਮੇਰਾ ਸਭ ਤੋਂ ਪਹਿਲੀ ਹਾਂ ਸੀਗੀ ਮੈਂ ਕਿਹਾ ਭਾਜੀ ਡੈਫੀਨੇਟਲੀ ਸਪੋਰਟ ਕਰਾਂਗੇ ਕਿਉਂਕਿ ਉਹ ਆਪਣੇ ਕਲਚਰ ਨੂੰ ਬਹੁਤ ਸਪੋਰਟ ਕਰਦੇ ਆ ਬਹੁਤ ਲਿਮਿਟਡ ਸਿੰਗਰਸ ਨੇ ਜਿਹੜੇ ਆਪਣੇ ਕਲਚਰ ਨੂੰ ਕੈਰੀ ਕਰਦੇ ਆ ਅਤੇ ਆਪਣੇ ਕਲਚਰ ਨੂੰ ਸਪੋਰਟ ਕਰਦੇ ਆ ਸਾਡੀ ਸਾਰੀ ਫੈਮਿਲੀ ਐਕਸਾਈਟਿਡ ਆ ਕਿ ਅਸੀਂ ਵੀ ਉੱਥੇ ਜਾਵਾਂਗੇ ਅਤੇ ਇੰਨਾ ਵਧੀਆ ਫੈਮਿਲੀ ਸ਼ੋਅ ਹੋਣਾ ਆ ਅਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਪਲੀਜ਼ ਜ਼ਰੂਰ ਤੁਸੀਂ ਟਿਕਟਸ ਲਓ ਅਤੇ ਛੇਤੀ ਤੋਂ ਛੇਤੀ ਸੋਲਡ ਆਊਟ ਕਰੋ ਅਤੇ ਆਪਾਂ ਮਿਲਦੇ ਹਾਂ ਮੁੰਡੇ ਜਿਹੜੀਆਂ ਕੁੜੀਆਂ ਨੇ ਉਹ ਕੈਰੀ ਕਰਦੀਆਂ ਨੇ ਸਰਨੇਮ ਮੁੰਡੇ ਵਾਲਾ ਔਰ ਫਸਟ ਟਾਈਮ ਮੈਂ ਦੇਖਿਆ ਸਾਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਇਸੇ ਤਰ੍ਹਾਂ ਸਪੋਰਟ ਚੰਗੀ ਵੱਲੋਂ ਸਪੋਰਟ ਹਮੇਸ਼ਾ ਕਰਦੇ ਕਿਉਂਕਿ ਅਸੀਂ ਇਸ ਈਵੈਂਟ ਨੂੰ ਸਪੋਰਟ ਕਰ ਰਹੇ ਹਾਂ ਤੇ ਇਨਫਲੂਐਂਸਰ ਦੀ ਕੈਟਾਗਰੀ ਚ ਹਮੇ ਯੇ ਅਵਾਰਡ ਮਿਲਾ ਹੈ ਮੈਂ ਵੀ ਸੋਚ ਰਿਹਾ ਸੀ ਮੈਂ ਕਿਹਾ 15 ਦਿਨ ਪਹਿਲਾਂ ਕਿਵੇਂ ਆ ਸਕਦੇ ਨੇ ਮਿਸਅੰਡਰਸਟੈਂਡਿੰਗ ਹੋ ਗਈ ਉਹਨਾਂ ਨੇ ਤਾਂ ਆਪਾਂ ਨੂੰ ਕਿਹਾ ਨਹੀਂ ਉਹਨਾਂ ਨੇ ਐ ਕਿਹਾ ਵੀ ਸਪੌਂਸ ਜਿਹੜਾ ਸ਼ੋਅ ਹੋ ਰਿਹਾ ਈਵੈਂਟ ਹੋ ਰਿਹਾ ਆਪਣਾ ਤੇ ਉਹਦੇ ਸਪੌਂਸਰਸ ਦੀ ਮੀਟਿੰਗ ਆ ਸਪੌਂਸਰਸ ਦੀ ਪਾਰਟੀ ਆ ਸਪੌਂਸਰਸ ਇਨਫਲੂਐਂਸਰਸ ਹੋ ਗਏ ਹਨਾ ਜਿਹੜੇ ਸਪੋਰਟ ਕਰ ਰਹੇ ਨੇ ਇਸ ਈਵੈਂਟ ਨੂੰ ਤੇ ਤੁਸੀਂ ਮੈਨੂੰ ਲੱਗਦਾ ਮਿਸਅੰਡਰਸਟੂਡ ਕਰ ਗਏ ਕਿ ਉਹਨਾਂ ਨੇ ਉੱਥੇ ਆਉਣਾ ਕਿਉਂ ਬਣਾਇਆ ਕਿਉਂ ਨੀ ਸੌਸਾ ਨੀ ਸਿਰਾਂ ਲਾਤਾ ਮੈਂ ਕਿਹਾ ਚਲ ਖਾਵਾਂਗੇ ਘਰੇ ਜਾ ਕੇ ਮਨਚੂਰੀਅਨ
ਗੋਭੀ ਕੱਟ ਗਿਆ ਰੱਖੀ ਪਈ ਉਹ ਬਹਿ ਗਈ ਕਿਤੂ ਕਿਤੂ ਪਲਟਾਣਾ ਨਹੀਂ ਕੰਮ ਆਈ ਸਾਡੀ ਡੀਲੈਕਸ ਗੱਡੀ ਆ ਜਿਹੜੀ ਬੁੱਕ ਕੀਤੀ ਅਸੀਂ ਉਹ ਇੱਕ ਪਾਸੇ ਨੂੰ ਜਾ ਰਹੀ ਹੈ ਓਏ ਓਏ ਪਲਟਾਣਾ ਲੋ ਹੈ ਛੱਡ ਦੋ ਤੇਰੇ ਤੇ ਡਿਪੈਂਡ ਆ ਮੇਰੇ ਤੇਨੇ ਉੱਠਣਾ ਨਹੀਂ ਸਿੱਧੀ ਜੀ ਗੱਲ ਆ ਸਾਡੇ ਦਿਨਾਂ ਦਾ ਬੈਲੈਂਸ ਤੁਸੀਂ ਸਾਂਭ ਰਹੇ ਹੋ ਇਹ ਤਾਂ ਲਾਈਫ ਲੂਈ ਜੈਕਟ ਵੀ ਨਹੀਂ ਦਿੰਦੇ ਹਾਂ ਨਾ ਲਾਈਫ ਜੈਕਟ ਆ ਨਾ ਕੁਛ ਆ ਨਾ ਮੇਰੇ ਡੋਂਗੀ ਵੀ ਹੋਣੀ ਇਹ ਮਰਾਂਗੇ ਆਪਾਂ ਤੁਹਾਨੂੰ ਦੱਸ ਵੀਰੇ ਹੈਲੋ ਇਹ ਹਿਲਤੀ ਕਿਉਂ ਹੈ ਭਾਈ ਭਾਈ ਯਾਰ ਇਹ ਤਾਂ ਡਰਾ ਰਹੀ ਹੈ ਸਾਨੂੰ ਡਰਾਤੀ ਹੈ ਜੇ ਤੋ ਨਹੀਂ ਡਰਨੇ ਕਿਉਂ ਆ ਬਾਤ ਯਾਰ ਉਹ ਉਹ ਬਹਿ ਗਿਆ ਡਰਾਈਵਰ ਇਹ ਲਾਈਫ ਜੈਕਟ ਦੇ ਦੇ ਯਾਰ ਕੋਈ ਤੁਹਾਨੂੰ ਨਹੀਂ ਆਉਂਦੀ ਸਵਿਮਿੰਗ ਜੀ ਬੈਠਿਆ ਨਹੀਂ ਹਲੇ ਮੇਰੇ ਵਾਲੀ ਹਲੇ ਲਈ ਸਵਿਮਿੰਗ ਸ਼ੈਲੀ ਮੈਨੂੰ ਡਰ ਲੱਗ मजाक मजूक नी मैं माड़ा जा पासा लैंना जी हिल कहती है किश्ती भी भाई मैंने तो स्पैशल किराया करो अड क्या बात है भाई आपां तां इत्थे ही रहने आ भाई इस के तू आपां भी इक किश्ती पाली हो रही सब कर लेने आपां हुण वकील साहब कर रहे ने डल लेक दी शहर आ सितारा जी उधर साडे बैठे ने जवाक बाबा जी नूं कल्ले नूं बिठा रख्या कहिंदे भी किश्ती खेलदी आ फिर बोटा ने जिहड़ियां मशहूर ने इत्थे बोट हाउस कहिंदे ने जिहनूं इन्हां दा रेट दा मंगदे ने बहुत ज्यादा पर घटा घटू लेंदे ने बाकी कहिंदे यार हाइजेनिक नहीं हैगियां मैं क्या है भाई आपके पास क्या है कश्मीरी कावा कॉफी है कावा टी कॉफी हॉट चॉकलेट ऐसे ले क्या पीना भी बोलो कावा कावा पे आ दे यार तिन कावा हाँ सरा करा दी कितना पांच है छे ना ना पांच नहीं यार चार पहले टेस्ट कर लो मेरा कहना कितने का एक कितने का भाई 50 रुपीस आए करो दो कप ले लो किश्ती इधर पूरा समान नाल ही रख देने हॉट चॉकलेट कावा पूरा आ पेटीएम हैगा तो सही वीरे तेरे को फोन पे टाइम नहीं लाउंदे असी पहले फोन पे कर दे यार बग जाएगा सर वो गया आगे 50 ली तू बगा ली चक दे काम चल भाई आगे इत्तो एवे शॉपा ने इहदे विच इधर भाई शॉपिंग सेंटर भी बच्चे बने हुए ने आ मार्केटा बनिया हुई ने भी पूरिया घेंट कपड़े दी दुकाना पूरा घेंट का काम रात को दिखता बहुत घट रहा है और चंदा मामा भी देखो बिच दी दिखता दरख्तों के आ गया भी मेरे वीरो कहते मीना बाजार जिते हैदर मूवी की शूटिंग हुई सी लो जी आ गई मार्केट मुंडे कहते मार्केट च जाना पुत्र जी सही है काम यहाँ पे महंगा है सस्ता है काम सस्ता है सर जी ये कितना सस्ता है ये लेडी सूट कितने का है कौन सा वाला सर ये अलग अलग रेट का है स्टार्टिंग प्राइस हमारे पास 600 रुपए से है बाकी आपका चॉइस है जिसमें आपको अच्छा लगे हम आपका बेबी बुटीक के लिए सूट लेके जाएंगे हाँ आप देखते हैं अभी सूटा ना की हिसाब किताब है इतने सूट तो सोने ने वैसे रेट पूछ दे सूट तक घेंट ने बाकी मुंडिया रेट रूट पूछ दे देखते हैं जो बेबी बुटीक के लिए कलेक्शन सही लगी तो वो भी चक लेंगे अपन ये हमारे पास स्टार्टिंग प्राइस आ जाएगा 750 20% डिस्काउंट 600 पीस आ जाएगा और वाइट सूट का क्या प्राइस है ये वाइट सूट हमारे पास कानीवर का सूट है पश्मीने का सूट है पश्मीने का मतलब होता है ये जो बहुत ऊपर लगा है ना कैटलॉग लद्दाख की पश्मीना ओके इसका मतलब जो बाल होता है ना वो चीकू फायर रहता है सॉफ्ट मटेरियल ओके पश्मीना आपने नाम सुना होगा शॉल पश्मीना का जो हां हां हमारे पास है बेबी बुटीक के पास कानीवर का सूट है ओके 4000 20% डिस्काउंट 3200 पीस
पीस का आ जाएगा, 3200 का है पूरा सब। कितने मीटर का है ये? ये रहता है आपको दुपट्टे के बगैर 5 मीटर का, 5 मीटर का दुपट्टे के साथ रहेगा 7.5 मीटर, 2.5 मीटर का दुपट्टा है, 5 मीटर का सूट है, 7 मीटर का टोटल। इसके साथ लाइनिंग लगता है? लाइनिंग इसमें लाइनिंग नहीं लगेगा। ठीक है, कैंट है यार चीज साडे कोले ना वीरे, गड्डी के साडे जवाका ने है जी ले लियो, च सामान जांदा नहीं, ओच तां असीं मसा आया। सूट तेरा बड़ा कैंट है, असीं ना ऑनलाइन ऑर्डर कर सकदे हां? ऑनलाइन हां, ऑनलाइन असीं मंगा लांगे। कार्ड दे, आप नंबर रख लीजिए। हां हां, कार्ड दे दो कार्ड। इधर सारा सामान पिया भी लकड़ दा। ये भी आपकी है शॉप? ये हमारा बाइक है। ओके, आपके बाइक की है। अभी रोजा खोलने का टाइम है, वो गया है। ठीक है, रोजा चल रहे हैं ना आपके यहाँ पे? बोले गड्डी यार असी चलावांगे हुण, चाबी फड़ा दे गड्डी दी। मैं भी है, तू भी चलाएगी? बारी बारी चलावांगे उठे तक। ठीक है, जो पीता है कावा वो करता है वावा, वावा करता है। पी लिया भी वावा करती है। हाँ भाई, मैंने ना बैठने नहीं देता किश्ती वाला, कदे कहता इधर हो जा बैलेंस बिगड़ता, कदे कहता इधर हो जा बैलेंस बिगड़ता। मैं दस की बैलेंसिंग मशीन है इतने। हेलो, कर कुछ माड़ा मोटा दसो, किधर नु वधावां, कै किलो वधावां, इधर नु दसो। सागर दी बॉडी लेंदी इंडिका चला किसी को चला रही है शिकारा, क्योंकि तू बड़ी काम है भी कर ला ट्रेनिंग इतना देख रहे हो पीछे चप्पू चप्पू है एक लाइक थोड़ा बोट आ गई ना, 2 मिनट कर दो। ये कहने पीछे हट जा भी, कहते असीं चलावांगे बोट शाम को, कहते यार भी चप्पू नहीं आउंदे। ओए हेलो, सैली सिंह जी चला रहे ने चप्पू। आ इंडिका चलानी तो सौखी है भाई, सागर की बॉटी नु आ चलानी सिखाओ। मैं भी चलानी है, मेरे फोन च कर। सागर की बॉटी लेंदी इंडिका चला। हां हां, तू कोई इधर ना जोर ला लो भाई, दूजे हाथ ना फड़ा इनू। ਉਹ ਬੈਠੇ ਪੁੱਠੇ ਨੂੰ